ਟਾਇਰ ਚੈੱਕ ਕਰੋ ਟਾਇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੀ ਫਲੋਰਾ ਵੈਲਕਮ ਟੂ ਅਵਰ ਨਿਊ ਵਲੌਗ ਅੱਜ ਆਪਾਂ ਚੱਲੇ ਹਾਂ ਸ਼ੈਡਨ ਕਾਲਜ ਗੇੜੀ ਮਾਰਨ ਔਨ ਦਾ ਬਾਈਕਸ ਅਤੇ ਅੱਜ ਇੱਕ ਮੇਰੇ ਦੋਸਤ ਦਾ ਹੋਰ ਦਾ ਬਾਈਕ ਆ ਗਿਆ ਆ ਇੰਡੀਅਨ ਅਤੇ ਤੁਹਾਨੂੰ ਨਵਾਂ ਬਾਈਕ ਦਿਖਾਵਾਂਗੇ ਕਿੱਦਾਂ ਲੱਗਦਾ ਪਿਆ ਪੂਰਾ ਨਾਮ ਤਾਂ ਮੈਨੂੰ ਪਤਾ ਨਹੀਂ ਮਾਡਲ ਮੂਡਲ ਦਾ ਪਰ ਤੁਹਾਨੂੰ ਦਿਖਾ ਦਾਂਗੇ ਬੰਦੇ ਤੋਂ ਪੁੱਛ ਕੇ ਦੱਸਾਂਗੇ ਠੀਕ ਆ ਹੁਣ ਪਹਿਲਾਂ ਪਾਲਾ ਆਪਣੇ ਘਰੇ ਆ ਰਿਹਾ ਫਿਰ ਆਪਾਂ ਜਾਵਾਂਗੇ ਬਾਈ ਦੇ ਘਰੇ ਬਾਈ ਦਾ ਨਾਮ ਹੈਗਾ ਸ਼ੇਰਾ ਅਤੇ ਸ਼ੇਰੇ ਦੇ ਘਰੇ ਜਾਵਾਂਗੇ ਅਤੇ ਫਿਰ ਉਹਨੂੰ ਚੱਕਾਂਗੇ ਅਤੇ ਫਿਰ ਜਾਵਾਂਗੇ ਸ਼ੈਡਨ ਕਾਲਜ ਅਤੇ ਅੱਜ ਸ਼ਨੀਵਾਰ ਦੀ ਸ਼ਾਮ ਹੋਣ ਕਰਕੇ ਸ਼ਰਨ ਕਾਲਜ ਪੂਰੀਆਂ ਰੌਣਕਾਂ ਲੱਗਣਗੀਆਂ ਤੁਹਾਨੂੰ ਰੌਣਕਾਂ ਮੇਲਾ ਦਿਖਾਵਾਂਗੇ ਪੂਰਾ ਵਧੀਆ ਪੂਰਾ ਘੈਂਟ ਕੰਮ ਹੋਣਾ ਠੀਕ ਹੈ ਦੇਖਦੇ ਰਹੇ ਵੀਡੀਓ ਅਤੇ ਕੁਝ ਕਲਿੱਪਾਂ ਆਪਾਂ ਗੋਪਰੋ ਤੋਂ ਵੀ ਪਾਵਾਂਗੇ ਉਹ ਥੋੜ੍ਹੀ ਕੁਆਲਿਟੀ ਥੋੜ੍ਹੀ ਹੋਰ ਤਰ੍ਹਾਂ ਦੀ ਹੁੰਦੀ ਆ ਪਰ ਮੈਨੇਜ ਕਰ ਲਿਓ ਠੀਕ ਹੈ ਨਾ ਘੋੜਾ ਆਪਾਂ ਸਟਾਰਟ ਕਰ ਲਿਆ ਨਾਲ ਦੀ ਸ਼ਰਟ ਵੀ ਡੀਪ ਆ ਰਹੀ ਆ ਸ਼ਰਟ ਕੀ ਆ ਕੀ ਕਹਿੰਦੇ ਹੁੰਦੀ ਵਾਰਮ ਅਪ ਕਰਦੇ ਪਏ ਵਾਰਮ ਅਪ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਹਾਂ ਸ਼ੇਰੇ ਦੇ ਘਰੇ ਪਹਿਲਾਂ ਇੰਟਰੋਡਿਊਸ ਕਰਨਾ ਹਾਂਜੀ ਪਾਲੇ ਪਾਲੇ ਯੋ ਯੋ ਕਹਦੇ ਯੋ 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 ਹੁਣ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਸ਼ੇਰੇ ਦਾ ਬਾਈਕ ਸ਼ੇਰਾ ਅਜੇ ਅੰਦਰ ਹੀ ਬੜਿਆ ਪਿਆ ਉਹ ਆ ਗਿਆ ਸ਼ੇਰਾ ਸ਼ੇਰਾ ਕਿੱਦਾਂ ਫਿਰ ਲਿਆਂਦਾ ਬਾਈਕ ਆ ਗਈ ਸਾਡਾ ਸ਼ੇਰਾ ਬੜੀ ਕੰਕਰੀਟ ਵਾਲਾ ਤੁਹਾਨੂੰ ਹੁਣ ਬਾਈਕ ਦਿਖਾਊਗਾ ਲਓ ਜੀ ਸ਼ੇਰੇ ਹੁਣੇ ਕਹਿੰਦੇ ਪਲਾਜ ਚ ਨਹੀਂ ਜਾ ਰਹੇ ਕਿ ਭਾਬੀ ਜੀ ਨੇ ਕੋਈ ਇਹਨਾਂ ਨੂੰ ਡਰਾਵਾ ਦਿੱਤਾ ਕੋਈ ਕਸਮ ਕਸਮ ਖਿਲਾਤੀ ਆ ਦੇਖੋ ਹੌਲੀ ਹੌਲੀ ਸ਼ਰਮਾਉਂਦੇ ਹੋਏ ਭਾਜੀ ਅਸੀਂ ਕਿਉਂ ਨਹੀਂ ਜਾ ਰਹੇ ਸ਼ਟਲ ਪਲਾਜੇ ਵੈਸੇ ਪਰਸਨਲ ਰੀਜ਼ਨ ਚਲੋ ਜੀ ਇਹ ਤੁਹਾਨੂੰ ਬਦਲ ਲੈਣੇ ਓਕੇ ਸ਼ੇਰੇ ਫਿਰ ਮਿਲਦੇ ਹਾਂ ਚੱਲ ਪਾਲੇ ਫਿਰ ਆਪਾਂ ਚੱਲਦੇ ਹਾਂ ਹੁਣ ਸ਼ਟਲ ਪਲਾਜੇ ਤੁਹਾਨੂੰ ਦਿਖਾਵਾਂਗੇ ਮਾਹੌਲ ਥੋੜ੍ਹਾ ਜਿਹਾ ਲੇਟ ਤੱਕ ਰੁਕਾਂਗੇ ਉੱਥੇ ਕਿਉਂਕਿ ਰਾਤ ਨੂੰ ਲੱਗਦੀ ਰੌਣਕ ਅਸਲੀ ਠੀਕ ਹੈ ਨਾ ਚੱਲ ਠੀਕ ਹੈ ਦੇਖੋ ਨਜ਼ਾਰਾ ਸ਼ਟਲ ਪਲਾਜੇ ਦਾ 9 ਵੱਜ ਗਿਆ ਫਿਰ ਵੀ ਹਜੇ ਵੀ ਇੱਥੇ ਰੌਣਕ ਮੇਲਾ ਹੈਗਾ ਆ ਲੱਗਦੇ ਨਹੀਂ 9 ਵੱਜੇ ਹੋਏ ਵਿੰਟੇਜ ਗੱਡੀ ਦਿਖਾਉਂਦੇ ਆ ਪਲਾਜੇ 'ਚ ਬੜੀ ਬੰਪ ਗੱਡੀ ਓ ਇੱਕ ਤਾਂ ਇਹ ਆ ਗ੍ਰੀਨ ਕਲਰ ਦੀ ਇੱਕ ਆਹ ਖੜੀ ਆਹ ਖੜੀ ਸ਼ੈਵੀ ਦੀ ਇੱਥੇ ਬਸ ਗੇੜੀ ਦੇ ਗੇੜੀ ਚੱਲੀ ਜਾਂਦੀ ਹੈ ਇੱਕ ਗੱਡੀ ਆ ਗਈ ਇੱਕ ਚੱਲ ਗਈ ਆਹ ਦੇਖੋ ਇਹ ਲਾਈਨ ਟੁੱਟਦੀ ਨਹੀਂ ਆ ਲਗਾਤਾਰ ਚੱਲੀ ਜਾਂਦੀ ਲਾਈਨ ਜਿੰਨੀ ਜੋ ਰਾਤ ਵਧੀ ਜਾਣੀ ਆ ਗੱਡੀਆਂ ਵਧੀ ਜਾਣੀਆਂ ਅਤੇ ਗੱਡੀਆਂ ਦੇ ਮਾਡਲ ਚੱਕਵੇਂ ਹੋ ਜਾਣੇ ਆ ਅੱਛਾ ਜੀਪ ਵਾਲੀ ਬਾਈ ਦੀ ਦੇਖੋ ਇਹ ਚੱਕ ਹੁੰਦਾ ਟਾਇਰ ਚੈੱਕ ਕਰੋ ਟਾਇਰ ਕਹਿੰਦੇ ਪਾਲਾ ਜੀ ਤੁਸੀਂ ਕੁਛ ਕਹਿ ਰਹੇ ਜ਼ਿਆਦਾ ਵਿੰਟੇਜ ਆ ਨਾ ਹਾਂਜੀ ਮਿੱਤਰੋ ਭਾਜੀ ਉਹਨਾਂ ਨੇ ਬਣਾ ਲਿਆ ਵੀ ਭਾਜੀ ਦੀ ਗੱਡੀ ਬਾਰੇ ਦੱਸ ਦੇਣਗੇ ਅਤੇ ਆਪਾਂ ਸ਼ੋਟ ਦਿਖਾਉਂਦੇ ਉਹਨੂੰ ਗੱਡੀ ਦਾ ਪਹਿਲਾਂ ਹਾਂਜੀ ਭਾਜੀ ਦੱਸਿਓ ਫਿਰ ਗੱਡੀ ਬਾਰੇ ਹਾਂਜੀ ਹਾਂਜੀ ਵੀਰੇ ਭਾਈ ਆਪਣਾ ਨਾਮ ਦੱਸਿਓ ਪਹਿਲਾਂ ਤਾਂ ਹਰਪ੍ਰਦੀਪ ਸਿੰਘ ਭਾਜੀ ਦਾ ਨਾਮ ਹਰਪ੍ਰਦੀਪ ਸਿੰਘ ਹੈ ਅਤੇ ਭਾਜੀ ਮੇਰਾ ਨਾਮ ਹੈ ਗੁਰੀ
ਚੱਕਰ ਨੀ ਦੇਖੋ ਲਿਖਿਆ ਭਾਜੀ ਨੇ
ਫੋਨ ਤੇ ਲੱਗੇ ਸੀਗੇ ਇਹ ਵੀ F-150 ਬ੍ਰਾਂਡ ਨਿਊ ਓਏ ਲੱਗਦੇ ਨਹੀਂ ਚੱਲ ਆ ਗਿਆ ਬਗਨ ਅੰਦਰ ਅੰਦਰ ਵੜ ਕੇ ਦਿਖਾ ਦੇ ਭਾਲੇ ਹਾਂ ਦੱਸ ਫਿਰ ਤੂੰ ਦੱਸ ਇਨਫੋਰਮੇਸ਼ਨ ਦੇ ਬਸ ਸਿਰਾ ਹੋਰ ਕੀ ਤੋਂ ਤੇ ਬਲੌਗਰ ਵੜ ਦੱਸ ਯਾਰ ਨਹੀਂ ਮੈਂ ਤਾਂ ਕੈਮਰਾਮੈਨ ਸਿਰਾ ਬਈ ਸਿਰਾ ਆ ਦੇਖੋ ਜੀ ਕੁੰਡਿਆਂ ਦੇ ਸਿੰਘ ਫਸ ਗਏ ਆ ਭਾਈ ਬਹੁਤ ਦੇਖਦਾ ਕੋਣ ਨਹੀਂ ਭਾਈ YouTube ਚੈਨਲ ਆਪਣਾ ਕੁੰਡਿਆਂ ਸਿੰਘ ਫਸ ਗਏ ਪੂਰਾ ਆ ਦੇਖੋ ਕੁੜੀਆਂ ਦੇ ਉਹ ਦੂਜੀ ਗੱਡੀ 'ਚ ਕੁੜੀਆਂ ਆਈਆਂ ਬਈ ਆਹ ਕੰਮ ਨਾ ਕਰਿਆ ਕਰੋ ਬਲਾਰ ਜਾ ਕੇ ਠੀਕ ਹੈ ਵੀਰੇ ਉਹ ਕਹਿੰਦਾ ਮੈਂ ਨਹੀਂ ਬੈਕ ਕਰਨੀ ਉਹ ਕਹਿੰਦਾ ਮੈਂ ਨਹੀਂ ਕਰਨੀ ਇੱਕ ਪਾਸਾ ਥੋੜਾ ਦਬਦਾ ਨਜ਼ਰ ਆ ਰਿਹਾ ਨਹੀਂ ਕਹਿੰਦੇ ਉਹਨਾਂ ਕੋਲ ਗੇਅਰ ਹੀ ਨਹੀਂ ਹੈਗਾ ਬੈਕ ਵਾਲਾ ਅੱਛਾ ਵੇ ਫੋਨ ਤਾਂ ਫਿਰਦੇ ਇੱਧਰ ਫੇਸ ਸਿੰਗਲ ਪਤਨ ਮਤੇ ਤੇ ਐਸ ਕਲਾਸ ਵਾਲੇ ਬਾਈ ਹੁਣੀ ਚੋਬਰ ਐਕਸ ਨੰਬਰ ਪੂਰੀ ਆਤੇ ਇੱਧਰ ਹੈ ਗੱਲਬਾਤ ਮੈਂ ਜੋ ਐਸ ਕਲਾਸ ਲਈ ਵਰਦੇ ਇਹ ਤੋਂ ਉੱਪਰ ਕੀ ਆ ਹੁਣ ਇਹ ਤਾਂ ਦੇਖੋ ਜੀ ਪਲਾਜ਼ੇ ਦੇ ਹਰ ਪਾਸੇ ਨਾ ਮੰਡੀਆਂ ਇਹ ਖੜੀਆਂ ਵੋਟ ਬਣਾ ਗਿਆ ਚੈੱਕ ਕਰੋ ਨਹੀਂ ਨਹੀਂ ਆ ਕਾਲਜ ਪਲਾਜ਼ਾ ਬਕਵਿੰਦਰ ਸਿੰਘ ਬੇਕਾਬ ਕੇਐਲ ਵਲਾਂ ਦੇ ਪਹਿਲੀ ਵਾਰ ਪ੍ਰਗਟ ਹੋਇਆ ਆਪਣੇ ਵਲੌਗ ਦੇ ਵਿੱਚ ਮੈਂ ਕਿਹਾ ਤੇਰੇ ਤਾਂ ਰੋਸ਼ਨੀ ਨਹੀਂ ਪੈਂਦੀ ਬਈ ਇੱਧਰੋਂ ਕਰ ਆ ਇੱਧਰ ਖੂਬਸੂਰਤੀ ਇੱਥੇ ਖੂਬਸੂਰਤੀ ਪੂਰੀ ਦਿਖਦੀ ਤੈਨੂੰ ਹੋਰ ਸੁਣਾ ਬਕੇ ਫਿਰ ਕਿੱਦਾਂ ਰਾਤ ਹੋ ਗਈ ਟਾਈਮ ਹੋ ਗਿਆ ਕਾਫੀ ਤੇ ਪਲਾਜ਼ੇ ਦੀ ਰੌਣਕ ਵੱਧ ਰਹੀ ਆ ਹਜੇ ਦੇਖ ਲਓ ਆ ਗਈ ਚਾਰਜਰ ਆ ਗਈ ਘੋੜੇ ਸਟਾਰਟ ਚਲੋ ਚੱਲਦੇ ਘਰੇ ਦੇਖਦੇ ਹਾਂ ਕੀ ਬਣਦਾ ਓਕੇ